ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਵਾਲੀ ਜਗ੍ਹਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਟਕੋਂਦਾ ਦੇ ਮੈਂਬਰ ਪਹੁੰਚੇ ਕੀਤਾ ਵਿਰੋਧ। ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦੇ ਵਿੱਚ ਲੱਗਣ ਜਾ ਰਹੀ ਸ਼ਰਾਬ ਫੈਕਟਰੀ ਵਾਲੀ ਜਗ੍ਹਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਟਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਡਾ ਦੇ ਨੇਤਰਤਵ ਦੇ ਵਿੱਚ ਯੂਨੀਅਨ ਦੇ ਮੈਂਬਰ ਪਹੁੰਚੇ, ਜਿਨ੍ਹਾਂ ਵੱਲੋਂ ਇਸ ਜਗ੍ਹਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਫੈਕਟਰੀ ਦਾ ਵਿਰੋਧ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਟਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਡਾ ਨੇ ਕਿਹਾ ਕਿ ਸੂਬਾ ਕਮੇਟੀ ਦੇ ਵੱਲੋਂ ਆਏ ਮੈਸੇਜ ਤੋਂ ਬਾਅਦ ਉਹ ਅੱਜ ਇੱਥੇ ਪਹੁੰਚੇ ਹਨ ਅਤੇ ਇਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਫੈਕਟਰੀ ਵਾਲੀ ਜਗ੍ਹਾ 'ਤੇ ਆਏ ਸਨ, ਲੇਕਿਨ ਅੱਜ ਮੁੜ ਤੋਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਸ਼ਰਾਬ ਫੈਕਟਰੀਆਂ ਲਗਾ ਕੇ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ, ਜਿਸ ਦਾ ਵਿਰੋਧ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਹਰੀਸ਼ ਨੱਡਾ ਹੈ ਜੀ। ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਫਾਜ਼ਿਲਕਾ ਜੀ। ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਕਿਸ ਮਕਸਦ ਨਾਲ ਪਹੁੰਚੇ ਹੋ? ਦੇਖੋ ਜੀ, ਲਗਾਤਾਰ ਜਿਹੜਾ 16 ਦਿਨਾਂ ਤੋਂ ਜਿਹੜਾ ਹਬੋਰ ਫਾਜ਼ਿਲਕਾ ਜਿਹੜਾ ਰੋਡ ਜਾਮ ਕੀਤਾ ਹੋਇਆ ਪਿੰਡ ਹੀਰਾਵਾਲੀ ਦੇ ਵਿੱਚ, ਜਿਹੜਾ ਸ਼ਰਾਬ ਫੈਕਟਰੀ ਲੱਗ ਰਹੀ ਹੈ, ਨਾਲ ਨਾਲ ਦੇ ਜਿਹੜੇ 40 ਪਿੰਡ ਨੇ, 40 ਪਿੰਡ ਦੇ ਜਿਹੜੇ ਲੋਕ ਇਕੱਠੇ ਹੋ ਕੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਰੋਡਾਂ ਦੇ ਉੱਤੇ ਬੈਠੀਆਂ ਨੇ। ਇੱਕ ਪਾਸੇ ਅਸੀਂ ਜਿਹੜਾ ਮੋਦੀ ਸਰਕਾਰ ਦੇ ਖਿਲਾਫ਼, 3 ਕਾਲੇ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੇ ਵਿੱਚ ਬੈਠੇ ਹਾਂ, ਇੱਕ ਜਿਹੜਾ ਪੰਜਾਬ ਦਾ ਕੋਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜਿਹੜਾ ਕਿਉਂਕਿ ਖੇਡ ਮੰਤਰੀ ਦਾ ਕੰਮ ਕੀ ਹੁੰਦਾ, ਬੱਚਿਆਂ ਨੂੰ ਜਿਹੜਾ ਸਹੀ ਦਿਸ਼ਾ ਵੱਲ ਲਿਜਾਣਾ, ਖੇਡਾਂ ਵੱਲ ਪ੍ਰੇਰਿਤ ਕਰਨਾ, ਪਰ ਇਹ ਨਿਕੰਮਾ ਕੰਮ ਕੀ ਕਰ ਰਿਹਾ? ਸ਼ਰਾਬ ਫੈਕਟਰੀਆਂ ਜਗ੍ਹਾ ਜਗ੍ਹਾ 'ਤੇ ਲਵਾ ਕੇ ਸਾਡਾ ਜਿਹੜਾ ਵਾਤਾਵਰਨ ਉਹ ਦੂਸ਼ਿਤ ਕਰ ਰਿਹਾ, ਕਿਉਂਕਿ ਅੱਗੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਹੈ। ਇਹ ਸ਼ਰਾਬ ਫੈਕਟਰੀਆਂ ਅਗਰ ਇੱਥੇ ਜਗ੍ਹਾ ਜਗ੍ਹਾ 'ਤੇ ਲੱਗਣਗੀਆਂ, ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਜਿਹੜੀ ਨੌਜਵਾਨੀ ਜਿਹੜੀ ਬਚੀ ਹੈ ਉਹ ਵੀ ਜਿਹੜਾ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਜਾਊਗੀ।